ਬੱਚਿਆਂ ਦੇ ਬੱਚ ਖਾਣੇ ਲਾਣੇ ਬੱਲੀਏ ਰੱਖ ਕਿਰਪਾਨਾ ਯੁੱਕੇ ਖਾਂਦੇ ਰੋਟੀਆਂ ਉੱਥੋਂ ਦੇ ਨਿਆਣੇ ਕੀ ਸਿਆਣੇ ਬੱਲੀਏ ਫੌਜੀ ਦੇ ਉੱਤੇ ਆਖੀ ਉਹ ਅਜੀਬ ਕਰਦੇ ਚੱਕ ਵਿੱਚ ਆ ਕੇ ਗਾਣੇ ਗਾ ਦਿੰਦੇ ਗੈਂਗਸਟਰ ਵਾਲੇ ਆਪ ਭੈਣ ਚ ਤੁਸੀਂ ਸਵੇਰ ਸੁੱਤੇ ਨੀ ਉੱਠਦੇ ਉੱਤੇ ਕਿ ਜਿਹੜੇ ਨਵੇਂ ਬੰਦੇ ਦਾ ਜਿਹੜੇ ਯੰਗ ਬਲੱਡ ਦਾ ਖੂਨ ਖੋਲਦਾ ਜਿਹੜੇ ਜੇਲਾਂ ਚ ਬੈਠੇ ਉਹ ਹੀ ਜਾਣਦੇ ਆ। ਮੈਂ ਆਪ ਜੇਲ੍ਹ ਚ ਰਹਿ ਕੇ ਆਇਆ ਬਾਹਰ ਇੰਗਲੈਂਡ ਵਿੱਚ ਤੇ ਜੇਲ੍ਹ ਜਾਣਾ ਕੋਈ ਚੰਗੀ ਗੱਲ ਨਹੀਂ ਬਹੁਤ ਮਾੜੀ ਗੱਲ ਹੈ। ਬਹੁਤ ਜਿਹੜਾ ਰਾਹ ਪੈ ਜਾਣਾ ਜਾਂ ਵਾਹ ਪੈ ਜਾਣੇ ਸੋ ਟਰਾਈ ਕਰਿਆ ਕਰੋ। ਹੋਰ ਵੀ ਬਹੁਤ ਟੌਪਿਕ ਹੈ ਗਾਣੇ ਗਾਉਣ ਦੇ ਵੀਡੀਓ ਦੇਖ ਰਹੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਗੈਰੀ ਸੰਧੂ ਉਹ ਪੰਜਾਬੀ ਸਿੰਗਰ ਨੇ ਜਿਨ੍ਹਾਂ ਦੇ ਗਾਣਿਆਂ ਅਤੇ ਸੁਰੀਲੀ ਆਵਾਜ਼ ਦੇ ਨਾਲ ਨਾਲ ਸਰੋਤੇ ਉਹਨਾਂ ਦੇ ਸੁਲਝੇ ਹੋਏ ਵਿਚਾਰਾਂ ਕਰਕੇ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹਨ ਅਤੇ ਗੈਰੀ ਸੰਧੂ ਸਮੇਂ ਸਮੇਂ 'ਤੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੇ ਫੈਨਸ ਦੇ ਨਾਲ ਵਿਚਾਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਇਸੇ ਤਰ੍ਹਾਂ ਹੀ ਕੁਝ ਸਮਾਂ ਪਹਿਲਾਂ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਲਾਈਵ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਹਥਿਆਰਾਂ ਵਾਲੇ ਗਾਣੇ ਗਾਉਣ ਵਾਲੇ ਸਿੰਗਰਾਂ ਨੂੰ ਕੁਝ ਤਾੜਨਾ ਕੀਤੀ ਅਤੇ ਆਪਣੇ ਵੱਲੋਂ ਕੁਝ ਸਮਝਾਇਆ ਵੀ। ਪਰ ਖਾਸ ਗੱਲ ਇਹ ਰਹੀ ਕਿ ਇਸ ਲਾਈਵ ਦੇ ਨੀਚੇ 99% ਤੋਂ ਜ਼ਿਆਦਾ ਕਮੈਂਟ ਸਿੱਧੂ ਮੂਸੇਵਾਲੇ ਦੇ ਹੱਕ ਦੇ ਵਿੱਚ ਸਨ ਅਤੇ ਜਿੱਥੇ ਕੁਝ ਲੋਕਾਂ ਦਾ ਇਹ ਕਹਿਣਾ ਸੀ ਕਿ ਗੈਰੀ ਸੰਧੂ ਨੇ ਬੱਬੂ ਮਾਨ ਦੇ ਨਾਲ ਨੇੜਤਾ ਹੋਣ ਕਰਕੇ ਅੱਜ ਇਸ ਟੌਪਿਕ 'ਤੇ ਗੱਲ ਛੇੜੀ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਿੱਧੂ ਮੂਸੇਵਾਲਾ ਹੀ ਜ਼ਿਆਦਾ ਹਥਿਆਰਾਂ ਵਾਲੇ ਗਾਣੇ ਗਾਉਂਦਾ ਹੈ। ਉੱਥੇ ਦੂਜੇ ਪਾਸੇ ਕੁਝ ਲੋਕਾਂ ਦਾ ਕਹਿਣਾ ਸੀ ਕਿ ਹੁਣ ਸਾਰੀ ਇੰਡਸਟਰੀ ਇਕੱਠੀ ਹੋ ਕੇ ਆਪਣੇ ਆਪਣੇ ਤਰੀਕੇ ਦੇ ਨਾਲ ਸਿੱਧੂ ਮੂਸੇਵਾਲੇ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ। ਉੱਥੇ ਹੀ ਕੁਝ ਸੁਲਝੇ ਹੋਏ ਫੈਨਸ ਦਾ ਇਹ ਵੀ ਕਹਿਣਾ ਸੀ ਕਿ ਗੈਰੀ ਸੰਧੂ ਨੇ ਜੋ ਕਿਹਾ ਉਹ ਸਹੀ ਕਿਹਾ ਅਤੇ ਕੁਝ ਦਾ ਇਹ ਕਹਿਣਾ ਸੀ ਕਿ ਸਿੱਧੂ ਮੂਸੇਵਾਲਾ ਆਪਣੀ ਜਗ੍ਹਾ 'ਤੇ ਸਹੀ ਹੈ, ਗਾਣੇ ਸਿਰਫ ਇੰਟਰਟੇਨਮੈਂਟ ਦੇ ਲਈ ਹੁੰਦੇ ਨੇ, ਨਾ ਕਿ ਇਹਨਾਂ ਦਾ ਸਮਾਜ 'ਤੇ ਕੋਈ ਅਸਰ ਪੈਂਦਾ ਹੈ। ਬਾਕੀ ਦੋਸਤੋ ਜੋ ਵੀ ਹੋਵੇ, ਜੋ ਗੱਲਾਂ ਗੈਰੀ ਸੰਧੂ ਨੇ ਆਪਣੇ ਲਾਈਵ ਦੇ ਵਿੱਚ ਕੀਤੀਆਂ ਕਿਤੇ ਨਾ ਕਿਤੇ ਸੋਚਣ ਵਿਚਾਰ ਕਰਨ ਵਾਲੀਆਂ ਹਨ। ਆਓ ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਤੁਹਾਨੂੰ ਲੈ ਚੱਲਦੇ ਹਾਂ ਗੈਰੀ ਸੰਧੂ ਦੇ ਇਸ ਲਾਈਵ ਵੱਲ ਅਤੇ ਦੇਖਦੇ ਹਾਂ ਕਿ ਉਹਨਾਂ ਨੇ ਆਪਣੇ ਇਸ ਲਾਈਵ ਦੇ ਵਿੱਚ ਕੀ ਕਿਹਾ। ਬਾਕੀ ਗੈਰੀ ਸੰਧੂ ਦੇ ਇਸ ਲਾਈਵ ਨੂੰ ਦੇਖਣ ਤੋਂ ਬਾਅਦ ਤੁਸੀਂ ਆਪਣੇ ਵਿਚਾਰ ਇਸ ਬਾਰੇ ਜ਼ਰੂਰ ਸ਼ੇਅਰ ਕਰਨੇ ਹਨ ਕਿ ਤੁਹਾਨੂੰ ਗੈਰੀ ਸੰਧੂ ਦੀਆਂ ਇਹਨਾਂ ਗੱਲਾਂ ਤੋਂ ਕੀ ਲੱਗਦਾ ਹੈ। ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਸ਼ੇਅਰ ਕਰਕੇ ਜਾਇਓ ਅਤੇ ਕੀ ਤੁਹਾਨੂੰ ਵੀ ਲੱਗਦਾ ਹੈ ਕਿ ਪੰਜਾਬੀ ਗਾਣਿਆਂ ਦਾ ਅਸਰ ਅੱਜ ਦੀ ਪੀੜ੍ਹੀ 'ਤੇ ਜਾਂ ਫਿਰ ਸਮਾਜ 'ਤੇ ਹੋ ਰਿਹਾ ਹੈ ਜਾਂ ਫਿਰ ਇਹ ਗਾਣੇ ਸਿਰਫ ਇੰਟਰਟੇਨਮੈਂਟ ਦੇ ਲਈ ਹੁੰਦੇ ਹਨ। ਇਸ ਬਾਰੇ ਤੁਹਾਡੀ ਕੀ ਹੈ ਸੋਚ ਕਮੈਂਟਾਂ ਦੇ ਵਿੱਚ ਜ਼ਰੂਰ ਸ਼ੇਅਰ ਕਰਿਓ ਅਤੇ ਇੰਡਸਟਰੀ ਦੀ ਹਰ ਤੇਜ਼ ਖਬਰ ਸਭ ਤੋਂ ਪਹਿਲਾਂ ਦੇਖਣ ਦੇ ਲਈ ਹੁਣੇ ਅਨਲਿਮਿਟਡ ਗਿਆਨ ਨੂੰ ਸਬਸਕ੍ਰਾਈਬ ਅਤੇ ਨੋਟੀਫਿਕੇਸ਼ਨ ਬੈਲ ਜ਼ਰੂਰ ਔਨ ਕਰ ਲਓ ਤਾਂ ਕਿ ਸਾਡੀ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਅਤੇ ਨਾਲ ਹੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ। ਸੋ ਆਓ ਹੁਣ ਝਲਕ ਮਾਰਦੇ ਹਾਂ ਗੈਰੀ ਸੰਧੂ ਦੇ ਇਸ ਲਾਈਵ 'ਤੇ। ਕਈ ਹਥਿਆਰਾਂ ਵਾਲੇ ਗਾਣੇ ਗਾਉਂਦੇ ਹਨ, ਮੈਂ ਵੀ ਕਿਤੇ ਕਿਤੇ ਗਾ ਦਿੰਦਾ, ਬਟ ਫਿਰ ਵੀ ਪਰਹੇਜ਼ ਹੀ ਕਰਿਆ ਕਰੋ। ਕੀ ਕਰਨਾ ਪੈ ਜੋ, ਇੱਥੇ ਕੋਈ ਗੈਂਗਸਟਰ ਨਹੀਂ ਹੈਗਾ। ਆਪਾਂ ਇੱਥੇ ਚੱਕ ਵਿੱਚ ਆ ਕੇ ਗਾਣੇ ਗਾ ਦਿੰਦੇ ਗੈਂਗਸਟਰ ਵਾਲੇ, ਆਪ ਭੈਣ ਚੋ ਤੁਸੀਂ ਸਵੇਰ ਸੁੱਤੇ ਨੀ ਉੱਠਦੇ ਉੱਤੇ ਕਿ ਜਿਹੜੇ ਨਵੇਂ ਬੰਦੇ ਦਾ ਜਿਹੜੇ ਯੰਗ ਬਲੱਡ ਦਾ ਖੂਨ ਖੋਲਦਾ ਉਹ ਗਾਣੇ ਸੁਣ ਕੇ ਉਹ ਲੜ ਪੈਂਦੇ ਆਸ ਵਿੱਚ ਹੀ। ਮੁੜ ਕੇ ਜਿਹੜੇ ਜੇਲ੍ਹਾਂ 'ਚ ਬੈਠੇ ਉਹ ਹੀ ਜਾਣਦੇ ਆ। ਮੈਂ ਆਪ ਜੇਲ੍ਹ 'ਚ ਰਹਿ ਕੇ ਆਇਆ ਬਾਹਰ ਇੰਗਲੈਂਡ ਵਿੱਚ ਤੇ ਜੇਲ੍ਹ ਜਾਣਾ ਕੋਈ ਚੰਗੀ ਗੱਲ ਨਹੀਂ ਬਹੁਤ ਮਾੜੀ ਗੱਲ ਹੈ। ਬਹੁਤ ਜਿਹੜਾ ਰਾਹ ਪੈ ਜਾਣਾ ਜਾਂ ਵਾਹ ਪੈ ਜਾਣੇ ਸੋ ਟਰਾਈ ਕਰਿਆ ਕਰੋ। ਹੋਰ ਵੀ ਬਹੁਤ ਟੌਪਿਕ ਹੈ ਗਾਣੇ ਗਾਉਣ ਦੇ।